parce que les œufs ils doivent coucher. ਸਾਰੇ ਕੁਰਾਨ ਸ਼ਰੀਫ ਨੇ ਸਾਰੇ ਇਹ ਸਾਰੇ ਖਾਤੇ ਲਿਖੇ ਹੋਏ ਨੇ, ਇਹ ਜਿਹੜੇ ਪਏ ਨੇ ਇਹ ਸਾਰੇ ਕਦੀਮ ਨੁਸਖੇ ਨੇ, ਤਕਰੀਬਨ ਕੋਈ 400 ਸਾਲ ਕੋਈ 500 ਸਾਲ ਕੋਈ 600 ਸਾਲ ਕਦੀਮ ਨੁਸਖਾ ਇਹਨਾਂ ਨੂੰ ਮਹਿਫੂਜ਼ ਕੀਤਾ। ਆਪਦੇ ਸਮਾਨ ਜਿਹੜੇ ਛੜੀਆਂ ਸਾਸ ਜਗ੍ਹਾ ਤੇ ਆਪ ਖਾਸ ਮੌਕਿਆਂ ਤੇ ਬੈਠੇ ਸੀ, ਬੜੇ ਖਾਸ ਮੌਕੇ ਲਾਖਲ ਸਨ ਕ੍ਰਿਸ਼ੀ ਸਾਹਿਬ ਆਏ ਵਜ਼ੀਰ ਔਕਾਫ ਸਨ ਪੰਜਾਬ, ਕਹਿੰਦੇ ਜੀ ਮੇਰਾ ਅੰਦਰ ਸਾਫ਼ ਕਰ ਦਿਓ, ਹੁਣ ਮੈਂ ਬਾਜ਼ਾਰੋਂ ਛੋੜ ਕੇ ਆ ਜਾ ਤੇਰਾ ਅੰਦਰ ਸਾਫ਼ ਕਰ, ਪ੍ਰਮੋਸ਼ਨ ਮੈਂ ਦੌੜੋ ਜੀ ਦੁਨੀਆਦਾਰੀ ਬੰਦਾ ਛੱਡਦਾ ਨਹੀਂ ਤੇ ਅੰਦਰ ਸਾਫ਼ ਕਰਾਉਣ ਦੇ ਚੱਕਰ 'ਚ, ਪਹਿਲਾਂ ਦੁਨੀਆਦਾਰੀ ਛੱਡੋ। ਚੀਮਾ ਸਾਹਿਬ ਵੀ ਇਹਨਾਂ ਦੇ ਹਫੀਜ਼ੁੱਲਾ ਚੀਮਾ, ਹਫੀਜ਼ੁੱਲਾ ਚੀਮਾ ਜੀ ਆਉਂਦੇ ਨੇ ਇਸਲਾਮਾਬਾਦ ਹੁੰਦੇ ਨੇ ਰਹਿਸ਼ ਨੇ ਜਿੰਦਾ ਜਿੰਦਾ ਉਹ ਮਿਨਿਸਟਰ ਰੇਲਵੇ ਦੇ ਰੇਲਵੇ ਦੇ ਜੇ ਜਿੱਥੇ ਛੜੀਆਂ ਬਾਬਾ ਜੀ ਸਮਾਜ ਇਹਨਾਂ ਬਰਤਨਾਂ 'ਚ ਪਾਣੀ ਭਰਦੇ ਸਨ ਅਤੇ ਫਿਰ ਉਹ 10 ਵਾਰ ਉਹਨੂੰ ਕਿਸੇ ਨੂੰ ਕਰਦੇ ਸੀ ਜੀ 7 ਵਾਰ ਉਹਨੇ ਇਹਨਾਂ ਸਾਰੀਆਂ ਬਰਤਨਾਂ 'ਚ ਪਾਣੀ ਭਰਾਉਣਾ ਉਹ 10 ਵਾਰ ਉਹਨੂੰ ਕਿਸੇ ਕਰਦੇ। ਤੁਸੀਂ ਆਪਣਾ ਟੈਲੀਫੋਨ ਨੰਬਰ ਜਾਂ ਕੋਈ ਦੇ ਦਿਓ, ਤੁਹਾਨੂੰ ਅਸੀਂ ਸੀ ਡੀ ਅਸੀਂ ਤੁਹਾਡੇ ਪੋਸਟ ਕਰ ਦਿਆਂਗੇ, ਤੁਹਾਨੂੰ ਸਾਰੀ ਤਫਸੀਲ ਲਿਖੀ ਹੈ ਕਾਲੀ ਸੀ ਦੇ ਨਾਲ ਉਹ ਸਾਰੇ ਜਿਸਮ ਦੇ ਸਾਫ਼ ਕਰਦੇ ਉਹਦੇ ਪਤਾ ਨੀ ਕਿੰਨੇ ਹਜ਼ਾਰ ਲੱਖਾਂ ਲੱਖਾਂ ਦੂਸ਼ ਵੀ ਪੜਿਆ ਸੀ ਔਰ ਉਸ ਥੱਲੇ ਨਹੀਂ ਸੀ ਜ਼ਮੀਨ ਜ਼ਮੀਨ ਤੇ ਜਾਣਾ ਸੁੱਟਿਆ ਨਹੀਂ ਜਾਂਦਾ ਆਪਣੇ ਜਿਸਮ ਉਹ ਮੈਂ ਖੁਦ ਦੇਖ ਕੇ ਦੂਸ਼ਰੀ ਲਿਖਿਆ ਸੀ ਨਾ ਜੀ ਪੜਿਆ ਸੀ ਫਿਰ ਉਹ ਖਦੀਰ ਦਾ ਕੰਮ ਦਾ ਸੀ ਉਹ ਇਸ ਵਾਸਤੇ ਕੰਮ ਲਾਇਆ محبوبان محبان رسول نے متحرین اپنے کسی وجود سے یعنی روحانی اور باطنی طریقے سے دیکھنا ہے نجات کے لوگوں نے بلند کیا گیا صحاف اس مقام کہتے ہیں جس مقام کے آسمانوں کے لے کر زمین کے تحت سرا کے مقام پر مشہور
صحاف کے لوگ معنی مقدس کیا گیا, نیز اصحاف کے معنی وہ جگہ ہے جہاں سے علم و حکمت کے چشمے پھوٹے. اسی طرح علامہ قرآن کے معنی اگر فیک نیچے زیر پڑ جائے تو جمع کسی ہوگا, یعنی بہت ہی چنی ہوئی برگزیدہ ہستیاں, اگر فیک کے اوپر زبر ہو تو یہ معنی دو چنی ہوئی برگزیدہ ہستیاں, گویا دونوں طرح لغوی اور معنوی حقیقت کی مناسبت سے نام سے. یہ آپ نے لکھا نا کسی نجاح بھی کیا ہے, صحاب بھی کیا ہے, مستفین کے ان دو شخصیتوں کے امام حسین اللہ صلاح وسلم اور ضلع رضوی انہوں نے مقبول کیا, زیادہ تر جو آپ کا بہت زیادہ شخصیات انہوں نے مقبول کیا, اور ہمارے حضرت عیسیٰ علیہ الصلوۃ والسلام دور سے بھی اسلام میں مرکز تھی, حضرت موسیٰ علیہ الصلوۃ والسلام والی دور سے گزرے, پھر 92 نمبر مربے چھ 92 حضرت رسول اللہ صلی اللہ علیہ وسلم, پھر ایک قلعہ نمبر 11 ہے 11 حضرت غوث پاک دا, 100 پنڈ دا نمبر 132 ریب ہے 132 حضرت اسلام دا ریب ہے رب, یعنی اسلام رب محمد صلی اللہ علیہ وسلم, یعنی سارا سلسلہ یعنی اللہ والوں اکٹھا ہوا سی. Okay.